पुलिस कमिश्नर सुधांशु शेखर श्रीवास्तव की हिदायत से अमृतसर पुलिस ने कार्रवाई करदिया मजरीठा रोड के नेड़े 14 मार्च 2019 एक मनी एक्सचेंजर के मालिक तो पिस्तौल की नोक से 60,000 रुपए खोहन के मामले च दो होर दोषियों हथियार समेत गिरफ्तार किया है। डीसीपी मुखविंदर सिंह भुल्लर ने दस्सिया कि पुलिस ने संदीप सिंह अते बिक्रमजीत सिंह नू काबू करके इन्हां दे कब्जे विचों 3 पिस्तौल एक कार एक मोटरसाइकिल 3 मोबाइल फोन अते 9,000 रुपए की नकदी बरामद की है। एडीसीपी संदीप मलिक एसीपी सरबजीत सिंह अते एसएचओ केएस संधावा भी मौजूद सन। ਇਹ ਤੁਹਾਨੂੰ ਯਾਦ ਹੋਣਾ 14/3 ਨੂੰ ਇੱਕ ਮਜੀਠਾ ਰੋਡ ਦੇ ਉੱਪਰ ਮਨੀ ਐਕਸਚੇਂਜਰ ਤੋਂ 60,000 ਰੁਪਈਆ ਪਿਸਟਲ ਪੁਆਇੰਟ ਦੇ ਉੱਤੇ ਖੋ ਹੋਈ ਸੀ ਜਿਹਦੇ ਵਿੱਚ ਇੱਕ ਲੜਕਾ ਲਵ ਜਿਹੜਾ ਉਹ ਪਹਿਲਾਂ i20 ਔਰ ਇੱਕ ਫੋਨ ਦੇ ਨਾਲ ਗ੍ਰਿਫਤਾਰ ਕਰ ਲਿਆ ਸੀਗਾ। ਉਸ ਦੇ ਵਿੱਚ ਦੋ ਬੰਦੇ ਜਿਹੜੇ ਉਹ ਭਗੌੜੇ ਸੀ ਇੱਕ ਬਿੱਕਾ ਅਤੇ ਸਾਧੂ ਜੋ ਇਹਨਾਂ ਨੇ ਸਦਰ ਪੁਲਿਸ ਸਟੇਸ਼ਨ ਦੇ ਚੌਂਕੀ ਵਾਲਿਆਂ ਨੇ ਬੜੀ ਮਿਹਨਤ ਕਰਕੇ ਅੰਡਰ ਸੁਪਰਵੀਜ਼ਨ ਆਫ ਮਲਿਕ ਸਾਹਿਬ ਔਰ DSP ਸਾਹਿਬ ਉਹਨਾਂ ਨੂੰ ਕੱਲ੍ਹ ਅਰੈਸਟ ਕੀਤਾ ਜਿਹਦੇ ਕੋਲ ਇੱਕ 32 ਬੋਰ ਦਾ ਪਿਸਟਲ ਅਤੇ ਦੋ ਮੋਬਾਈਲ ਜਿਹੜੇ ਉੱਥੇ ਇੱਕ ਗਾਹਕ ਆਇਆ ਸੀ ਔਰ ਇੱਕ ਦੁਕਾਨ ਵਾਲੇ ਦਾ ਜਿਹੜਾ ਇਹ ਖੋਹ ਕੇ ਲੈ ਗਏ ਸੀਗੇ ਉਹ ਗ੍ਰਿਫਤਾਰ ਕਰ ਲਿਆ। ਜਿਹੜੀ ਆਪਣੀ ਇਹ ਭੱਜਿਆ ਸੀਗਾ ਫਰਾਰੀ ਦੇ ਦੌਰਾਨ ਇਹ ਬੰਦੇ ਜਿਹੜੇ ਆਪਦਾ ਮਕਾਨ ਜਿਹੜਾ ਉਹ ਬਦਲ ਕੇ ਕਿਤੇ ਹੋਰ ਰਹਿਣ ਲੱਗ ਗਏ ਸੀਗੇ ਜਿੱਥੋਂ ਇਨਫੋਰਮੇਸ਼ਨ ਆਈ ਸੀ ਔਰ ਉੱਥੋਂ ਵੀ ਉਹ ਦੌੜ ਗਏ ਅਤੇ ਪੁਲਿਸ ਨੇ ਬੜੀ ਮਿਹਨਤ ਨਾਲ ਇਹਨਾਂ ਦਾ ਪਿੱਛਾ ਕਰਕੇ ਜਿਹੜਾ ਇਹਨਾਂ ਨੂੰ ਮਜੀਠਾ ਰੋਡ ਤੋਂ ਗ੍ਰਿਫਤਾਰ ਕੀਤਾ। ਔਰ ਇਸ ਤੋਂ ਇਲਾਵਾ ਇਹ ਜਿਹੜੀਆਂ 6 ਵਾਰਦਾਤਾਂ ਅੰਮ੍ਰਿਤਸਰ ਰੂਰਲ ਦੇ ਵਿੱਚ ਸਨੈਚਿੰਗਸ ਦੀਆਂ ਪਿਸਟਲ ਪੁਆਇੰਟ ਦੇ ਉੱਪਰ ਇਹ ਮੰਨਿਆ ਜਿਹੜੇ ਬੰਦਿਆਂ ਨੇ ਵੀ ਪਿੱਠੂ ਬੈਗ ਪਾਏ ਹੁੰਦੇ ਸੀ ਅਤੇ ਜ਼ਿਆਦਾ ਉਹਨਾਂ ਦੇ ਉੱਤੇ ਅਟੈਕ ਕਰਦੇ ਸੀ ਔਰ ਉਹਨਾਂ ਦੇ ਉੱਤੋਂ ਸਮਾਨ ਖੋਹਦੇ ਸੀ ਔਰ ਇਹਦੇ ਫੜਨ ਦੇ ਨਾਲ ਜਿਹੜਾ ਸਾਨੂੰ ਹੋਰ ਵੀ ਕਾਫੀ ਮਸਲੇ ਜਿਹੜੇ ਹੱਲ ਹੁੰਦੀ ਉਮੀਦ। ਇਹਦਾ ਜਿਹੜਾ ਇੱਕ ਭਰਾ ਹੈ ਬਿੱਕੇ ਦਾ ਉਹ ਪਹਿਲਾਂ ਹੀ ਜੇਲ੍ਹ 'ਚ ਹੈ। ਬਿੱਕੇ ਦੇ ਭਰਾ ਨੇ ਹੀ ਜਿਹੜੇ ਦੁਬਈ ਦੇ ਡਾਲਰ ਐਕਸਚੇਂਜ ਕਰਾਉਣ ਲਈ ਇਹ ਦੁਕਾਨ ਦੀ ਰੈਕੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਦੇ ਵਿੱਚ ਉਹਦੇ ਹੀ ਪਿਸਟਲ ਦੇ ਮਦਦ ਦੇ ਨਾਲ ਇਹਨਾਂ ਨੇ ਲੈ ਕੇ ਜਦੋਂ ਉਹ ਜੇਲ੍ਹ ਚਲਾ ਗਿਆ ਤਾਂ ਉਹਦੇ ਪਿਸਟਲ ਨਾਲ ਹੀ ਇਹਨਾਂ ਨੇ ਸਾਰੀ ਵਾਰਦਾਤ ਕੀਤੀ।